ਭਾਵੇਂ ਹਾਈ ਕੋਰਟ ਚਲੇ ਜਾਏ, ਭਾਵੇਂ UN ਚਲੇ ਜਾਏ, ਭਾਵੇਂ ਰਾਸ਼ਟਰਪਤੀ ਕੋਲੇ ਚਲੇ ਜਾਣ, CM ਸਾਹਿਬ ਨੂੰ ਕੋਈ ਜਨਤਾ ਵਿੱਚ ਜਾਣ ਤੇ ਰੋਕ ਨਹੀਂ ਸਕਦਾ। ਆ ਜਨਤਾ, ਮੁੱਖ ਮੰਤਰੀ ਜਨਤਾ ਦੇ ਲੀਡਰ ਹੈ, ਕਿਉਂਕਿ ਬਾਜਵਾ ਸਾਹਿਬ, ਮਹਾਰਾਜਾ ਸਾਹਿਬ ਕਾਂਗਰਸੀ ਗਰਮੀ 'ਚ ਜਾ ਨਹੀਂ ਸਕਦੇ, ਹੈ ਗਰਮੀ 'ਚ ਹੱਲ ਨਹੀਂ ਸਕਦੇ। ਉਹਨਾਂ ਨੂੰ ਪੁੱਛੋ ਬਾਜਵਾ ਸਾਹਿਬ ਨੂੰ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਧੁੱਪੇ ਬਹਿ ਸਕਦੇ ਹੈ? ਸਾਰੇ ਵੈਲਕਮ ਹੈ ਸੰਗਤ ਦਰਸ਼ਨ 'ਚ, ਮੁੱਖ ਮੰਤਰੀ ਸਾਰੇ ਪੰਜਾਬ ਦੇ ਹੈ, ਮੁੱਖ ਮੰਤਰੀ ਜੇ ਜਨਤਾ 'ਚ ਬਹਿੰਦੇ ਹੈ, ਕੋਈ ਮਰਜ਼ੀ ਆ ਕੇ ਉਹਨਾਂ ਨੂੰ ਸਵਾਲ ਜਾ ਕੇ ਮਿਲ ਸਕਦਾ ਹੈ। ਕਾਂਗਰਸੀ ਕਿਉਂ ਨਹੀਂ ਆਉਂਦੇ? ਕਿਉਂਕਿ ਉਹਨਾਂ ਨੂੰ ਗਰਮੀ ਲੱਗਦੀ ਹੈ, ਉਹ ਧੁੱਪੇ ਬਹਿ ਨਹੀਂ ਸਕਦੇ। ਬਾਜਵਾ ਸਾਹਿਬ ਨੂੰ ਬੋਲੋ ਬਾਦਲ ਸਾਹਿਬ ਦੇ ਨਾਲ 5 ਮਿੰਟ ਇਕੱਠੇ, ਜੇ 4 ਦਿਨ ਜਾ ਕੇ ਬਾਦਲ ਸਾਹਿਬ ਨਾਲ ਕੱਟ ਕੇ ਦੇਖਣ, ਮੈਨੂੰ ਲੱਗਦਾ ਦੂਜੇ ਦਿਨ ਹੀ ਉਹ ਫੇਂਟ ਹੋ ਜਾਣਗੇ। ਸਟੇਜ ਦੇ ਬਿਰਾਜਮਾਨ, ਇਲਾਕੇ ਦੇ ਤੇ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਜਥੇਦਾਰ ਤੋਤਾ ਸਿੰਘ ਜੀ, ਉਹਨਾਂ ਦੇ ਨਾਲ ਸਟੇਜ ਦੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਭੁੰਦੜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸ ਆਏ ਸ਼ਾਮ ਜੀ, ਜ਼ਿਲ੍ਹਾ ਮੋਗੇ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਲਾਕੇ ਦੇ ਕੋਨੇ ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹੈ ਕਿ ਇੰਨੀ ਗਰਮੀ ਦੇ ਬਾਵਜੂਦ ਐਡਾ ਵੱਡਾ ਕੱਟ ਤੇ ਕਿੰਨੇ ਘੰਟਿਆਂ ਤੋਂ ਤੁਸੀਂ ਡੀਕ ਰਹੇ ਹੋ, ਮੈਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਇਸ ਇਲਾਕੇ ਵਾਸਤੇ ਤੇ ਖਾਸ ਕਰਕੇ ਪਾਰਟੀ ਵਾਸਤੇ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਆਪਣੇ ਤੋਂ ਪਿੱਛੇ ਗਿਆ ਸੀ, ਅੱਜ ਵਾਪਸ ਆਪਣੇ ਘਰ ਆਇਆ। ਸਾਹਿਬਜੀਤ ਸਿੰਘ ਜੀ, ਸ਼ਾਮ ਜੀ, ਜਿਹੜੇ ਇੱਕ ਬਹੁਤ ਹੀ ਮਿਹਨਤੀ ਨਿਰਧਾਰਿਤ ਪਾਰਟੀ ਦੇ ਵਰਕਰ ਸਨ, ਕੁਛ ਕਾਰਨ ਆਪਣੇ ਤੋਂ ਛੱਡ ਗਏ ਸੀ ਤੇ ਅੱਜ ਵਾਪਸ ਆਏ। ਸ਼ਾਮ ਜੀ ਨਾਲ ਕੱਲਾ ਤੁਹਾਡਾ ਨਹੀਂ, ਮੇਰਾ ਵੀ ਨਜ਼ਦੀਕੀ ਸਾਥ ਰਿਹਾ, ਪਿਆਰ ਹੈ, ਸਾਡੇ ਪਰਿਵਾਰ ਦੇ ਮੈਂਬਰ ਰਹੇ। ਮੈਨੂੰ ਯਾਦ ਹੈ ਜਦੋਂ ਮੈਂ ਸਿਆਸਤ ਵਿੱਚ ਆਇਆ, ਪਾਰਲੀਮੈਂਟ ਇਲੈਕਸ਼ਨ ਲੜਦਾ ਸੀ ਤੇ ਜਿਹਦੇ ਵਿੱਚੋਂ ਮੋਗੇ ਜ਼ਿਲ੍ਹੇ ਵਿੱਚ ਮੋਗਾ ਜ਼ਿਲ੍ਹਾ ਫਰੀਦਕੋਟ ਪਾਰਲੀਮੈਂਟ ਦਾ ਇੱਕ ਹਿੱਸਾ ਸੀ। ਉਦੋਂ ਸ਼ਾਮ ਜੀ ਦਿਨ ਰਾਤ ਮਿਹਨਤ ਕਰਕੇ ਮੇਰੇ ਵਾਸਤੇ ਇਲੈਕਸ਼ਨ ਲੜਦੇ ਸੀ ਤੇ ਵੱਡੀ ਗੱਲ ਹੈ ਜਦੋਂ ਮੇਰਾ ਵਿਆਹ ਹੋਇਆ ਤੇ ਜਿਹੜਾ ਆਮ ਸੰਗਤ ਦਾ ਖਾਣੇ ਦਾ ਇੰਤਜ਼ਾਮ ਸੀ, ਉਹ ਸਾਰੇ ਖਾਣੇ ਦੇ ਇੰਤਜ਼ਾਮ ਦੇ ਇੰਚਾਰਜ ਵੀ ਉਦੋਂ ਸ਼ਾਮ ਜੀ ਸਨ। ਸੋ ਮੈਂ ਉਹਨਾਂ ਨੂੰ ਇੱਥੇ ਵਾਪਸ ਅਕਾਲੀ ਦਲ ਚ ਆਉਣ ਤੇ ਮੈਂ ਕਹਿ ਸਕਦਾ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਤੇ ਖਾਸ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਦਿਲੋਂ ਖੁਸ਼ੀ ਹੋਈ। ਖਾਲਸਾ ਜੀ, ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਪੰਜਾਬ ਵਿੱਚ ਵਾਪਸ ਆਪਣੇ ਪਿੰਡਾਂ ਦਾ, ਗਰੀਬਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਰਾਜ ਲਿਆਂਦਾ। ਤੁਸੀਂ ਆਪ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਇੱਕ ਮਾਂ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸੋਚ ਆਮ ਗਰੀਬ ਪ੍ਰਤੀ ਹੈ, ਕਿਸਾਨ ਪ੍ਰਤੀ ਹੈ, ਪਿੰਡਾਂ ਤੇ ਸ਼ਹਿਰਾਂ ਤੇ ਮੰਡੀਆਂ ਦੀ ਤਰੱਕੀ ਪ੍ਰਤੀ ਹੈ। ਜੋ ਵੀ ਤਰੱਕੀ ਇਸ ਇਲਾਕੇ 'ਚ ਨਹੀਂ ਪੂਰੇ ਪੰਜਾਬ 'ਚ ਹੋਈ ਹੈ, ਉਦੋਂ ਹੀ ਹੋਈ ਹੈ ਜਦੋਂ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆ ਜਿਹੜਾ ਫੋਕਲ ਪੁਆਇੰਟ ਬਣ ਲੱਗੇ, ਆ ਵੀ ਫੈਸਲਾ ਸਰਦਾਰ ਬਾਦਲ ਦਾ ਸੀ। ਨਹੀਂ ਤਾਂ ਯਾਦ ਕਰੋ ਪਹਿਲੇ ਆਪਾਂ ਆਪਣੀਆਂ ਫਸਲਾਂ ਸਾਰੀਆਂ ਮੰਡੀਆਂ 'ਚ ਸਿੱਧੇ ਜਾਂਦੇ ਸੀ ਤੇ ਅੱਜ ਉਹੀ ਮੰਡੀਆਂ ਨੂੰ ਅਸੀਂ ਤੁਹਾਡੇ ਪਿੰਡਾਂ 'ਚ ਲੈ ਕੇ ਆਏ ਹਾਂ। ਜਿੰਨੀ ਵੀ ਭਜਵੇਂ ਜਸਦਾ ਤੋਤਾ ਸਿੰਘ ਜੀ ਨੇ ਜ਼ਿਕਰ ਕੀਤਾ, ਭਾਵੇਂ ਗ੍ਰਿੱਡਾਂ ਦਾ, ਭਾਵੇਂ ਆਰਓ ਸਿਸਟਮ ਦਾ, ਭਾਵੇਂ ਸੜਕਾਂ ਦਾ, ਭਾਵੇਂ ਆਟਾ ਦਾਲ ਸਕੀਮ ਦਾ, ਭਾਵੇਂ ਸ਼ਗਨ ਦੇਣ ਦਾ,
ਜਿੰਨੀਆਂ ਵੀ ਸਕੀਮਾਂ ਲਾਗੂ ਹੋਈਆਂ ਉਦੋਂ ਹੀ ਹੋਈਆਂ ਜਦੋਂ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਏ ਆ। ਮੈਂ ਪਿੱਛੇ ਜੇ ਆਇਆ ਸੀ ਮੋਗੇ ਥੋੜੇ ਦਿਨ ਪਹਿਲੇ, ਜਦੋਂ ਮੈਂ ਸਰਪੰਚ ਸਭਾ ਤੇ ਪੰਜ ਜਿਹੜੇ ਜੇਤੂ ਸੀ ਉਹਨਾਂ ਨੂੰ ਅਸੀਂ ਸਹੁੰ ਚੁਕਾਈ, ਉਦੋਂ ਵੀ ਮੈਂ ਜ਼ਿਕਰ ਕੀਤਾ ਤੇ ਮੈਂ ਹੁਣ ਦੁਹਰਾਉਣਾ ਚਾਹੁੰਦਾ ਕਿ ਕਈ ਹੋਰ ਫੈਸਲੇ ਮੁੱਖ ਮੰਤਰੀ ਜੀ ਨੇ ਕਰ ਲਏ ਹਨ ਜਿਹੜੇ ਫੈਸਲੇ ਅਗਲੇ 15-20 ਦੇ ਮਹੀਨੇ 'ਚ ਲਾਗੂ ਹੋ ਜਾਣੇ ਹੈ। ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜੇ ਆਟਾ ਦਾਲ ਦੇ ਕਾਰਡ ਬਹੁਤ ਗਰੀਬ ਅਜੇ ਹਨ ਜਿਨ੍ਹਾਂ ਕੋਲ ਆਟਾ ਦਾਲ ਦੇ ਕਾਰਡ ਨਹੀਂ ਬਣ ਸਕੇ, ਤਾਂ ਅਗਲੇ 3 ਮਹੀਨਿਆਂ ਦੇ ਅੰਦਰ ਅਸੀਂ 15 ਲੱਖ ਪਰਿਵਾਰਾਂ ਨੂੰ ਆਟਾ ਦਾਲ ਦਿੰਦੇ ਹਾਂ। ਇਹਨਾਂ ਨੂੰ ਉਧਾਰ ਕੇ ਅਸੀਂ ਨਿਸ਼ਾਨਾ ਰੱਖਿਆ ਕਿ 30 ਲੱਖ ਗਰੀਬ ਪਰਿਵਾਰਾਂ ਨੂੰ ਅਸੀਂ ਅਗਲੇ 3 ਮਹੀਨਿਆਂ 'ਚ ਆਟਾ ਦਾਲ ਦੇਣੇ ਸ਼ੁਰੂ ਕਰ ਜਾਂਗੇ। ਮੇਰਾ ਮੈਂ ਤਾਂ ਕਹਿਣ ਦਾ ਭਾਅ ਹੈ ਕਿ ਪੰਜਾਬ ਵਿੱਚ ਕੋਈ ਵੀ ਗਰੀਬ ਨਹੀਂ ਰਹੂਗਾ ਜਿਹੜਾ ਆਟੇ ਦਾ ਕਾਰਡ ਦੇ ਬਗੈਰ ਹੋਊਗਾ, ਤੇ ਜਿਹੜਾ ਆਟਾ ਅਸੀਂ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਲੈਣੇ। ਇੱਕ ਹੋਰ ਫੈਸਲਾ ਕੀਤਾ ਕਿ ਗਰੀਬਾਂ ਨੂੰ ਜਿਹਨਾਂ ਦੇ ਆਟਾ ਦਾ ਕਾਰਡ ਬਣ ਗਏ ਹਨ, ਬਹੁਤ ਬਿਮਾਰ ਕਿਤੇ ਜਦੋਂ ਹੋ ਜਾਂਦੇ ਗਰੀਬ ਉਹ ਪ੍ਰਾਈਵੇਟ ਹਸਪਤਾਲ ਜਾ ਨਹੀਂ ਸਕਦੇ ਕਿਉਂਕਿ ਉੱਥੇ ਪੈਸਾ ਲੱਗਦਾ ਹੈ। ਇਸ ਕਰਕੇ ਸਾਰੇ ਗਰੀਬਾਂ ਨੂੰ ਜਿਹਨਾਂ ਦਾ ਆਟਾ ਦਾਲ ਕਾਰਡ ਬਣ ਗਏ ਹੈ ਜਾਂ ਜਿਹਨੇ ਅਸੀਂ ਬਣਾ ਲਾਂਗੇ 3 ਮਹੀਨੇ 'ਚ ਇੱਕ ਹੋਰ ਕਾਰਡ ਦੇਵਾਂਗੇ ਉਹਨਾਂ ਨੂੰ, ਉਹ ਕਾਰਡ ਲੈ ਕੇ ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਜਾ ਸਕੋਗੇ ਤੇ 30,000 ਰੁਪਇਆ ਇੱਕ ਸਾਲ ਦਾ ਇਲਾਜ ਉਹਨਾਂ ਦਾ ਮੁਫਤ ਕੀਤਾ ਜਾਊਗਾ, ਕਿਸੇ ਵੀ ਪ੍ਰਾਈਵੇਟ ਹਸਪਤਾਲ 1 ਰੁਪਇਆ ਨਹੀਂ ਲੱਗੂਗਾ। ਬਾਕੀ ਗਰੀਬਾਂ ਨੂੰ ਸਾਈਕਲ ਦੇਣੇ, ਗਰੀਬਾਂ ਦੇ ਬੱਚੇ ਜਿਹੜੇ 80% ਵੱਧ ਲੈਂਦੇ ਆ ਪੜ੍ਹਾਈ ਵਿੱਚ 10ਵੀਂ ਵਿੱਚ, ਉਹਨਾਂ ਨੂੰ 11ਵੀਂ ਤੇ 12ਵੀਂ ਪੜ੍ਹਨ ਵਾਸਤੇ 30,000 ਰੁਪਇਆ ਸਾਲ ਵੀ ਦਿੱਤਾ ਜਾਊਗਾ। ਬਾਕੀ ਪਿੰਡਾਂ ਦੀ ਤਰੱਕੀ ਵਾਸਤੇ ਮੈਂ ਅੱਜ ਐਲਾਨ ਕਰਕੇ ਜਾ ਰਿਹਾ ਕਿ ਅਗਲੇ 3 ਸਾਲਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਤੁਹਾਡੇ ਪਿੰਡਾਂ 'ਚ ਪੈਸਾ ਆਊਗਾ, ਗ੍ਰਾਂਟਾਂ ਆਉਣਗੀਆਂ ਕਿਉਂਕਿ ਅਸੀਂ ਸਾਰਾ ਇੰਤਜ਼ਾਮ ਕਰ ਲਿਆ, ਐਨਾ ਪੈਸਾ ਆਊਗਾ। ਤੇ ਮੈਂ ਇੱਕੋ ਹੀ ਬੇਨਤੀ ਕਰਦਾ ਜਿਹੜੇ ਚੁਣੇ ਹੋਏ ਸਰਪੰਚ ਤੇ ਪੰਚ ਸਭਾ ਕਿ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਮਿਹਨਤ ਨਾਲ ਉਹ ਪੈਸਾ ਲਾਉਣਾ ਹੈ ਕਿਉਂਕਿ ਪੰਜਾਬ ਸਰਕਾਰ ਤਰਫੋਂ ਪੈਸੇ ਦੀ ਕਮੀ ਨਹੀਂ ਹੋਊਗੀ। ਅਗਲੇ 3 ਸਾਲਾਂ 'ਚ ਨਹਿਰੀ ਪਾਣੀ ਤੇ ਖਾਸ ਕਰਕੇ ਜਿਹੜੇ ਖਾਲੇ ਆ ਤੁਹਾਡੇ ਉਹ ਨਵੇਂ ਬਣਾਉਣ ਦਾ ਕੰਮ ਅਸੀਂ ਹੁਣ ਆਰੰਭਣ ਲੱਗੇ ਹਾਂ। ਮੈਨੂੰ ਉਮੀਦ ਹੈ ਕਿ ਅਗਲੇ 3 ਸਾਲ ਪੂਰੇ ਪੰਜਾਬ 'ਚ ਨਹਿਰੀ ਪਾਣੀ ਦੀ ਕਮੀ ਖਤਮ ਹੋ ਜੂਗੀ, ਨਾਲੇ ਵੱਡੀ ਗੱਲ ਹੈ ਸਾਰੇ ਖਾਲੇ ਜਿਹੜੇ ਟੁੱਟੇ ਆ ਉਹਨੂੰ ਅਗਲੇ 3 ਸਾਲਾਂ 'ਚ ਪੂਰੇ ਪੰਜਾਬ 'ਚ ਅਸੀਂ ਨਵੇਂ ਬਣਾਉਣ ਲੱਗੇ ਹਾਂ। ਤਕਰੀਬਨ ਕੋਈ 4,000 ਕਰੋੜ ਰੁਪਇਆ ਖਰਚ ਕੇ ਖਾਲਸਾ ਜੀ, ਜਿਹੜੀਆਂ ਸੜਕਾਂ ਪਿੰਡਾਂ ਦੀਆਂ ਕਾਫੀ ਟੁੱਟ ਗਈਆਂ, ਅਗਲੇ 4 ਮਹੀਨੇ ਦੇ ਅੰਦਰ 1,700 ਕਰੋੜ ਰੁਪਇਆ ਖਰਚ ਕੇ ਅਸੀਂ ਸਾਰੀਆਂ ਹੀ ਸੜਕਾਂ ਪਿੰਡਾਂ ਦੀਆਂ ਰਿਪੇਅਰ ਕਰਨ ਲੱਗੇ ਹਾਂ। ਮੈਨੂੰ ਲੱਗਦਾ ਅਗਲੇ ਦਸੰਬਰ ਸਰਦੀਆਂ ਦੇ ਨੇੜੇ ਤੇੜੇ ਤੱਕ ਕੋਈ ਵੀ ਪਿੰਡਾਂ 'ਚ ਸੜਕ ਟੁੱਟੀ ਸੜਕ ਨਹੀਂ ਹੋਊਗੀ। ਇਸ ਕਰਕੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਫਿਰ ਤੋਂ ਸ਼ਾਮ ਜੀ ਨੂੰ ਤੇ ਉਹਨਾਂ ਦੇ ਹਜ਼ਾਰਾਂ ਸਾਥੀਆਂ ਨੂੰ ਜਿਹੜੇ ਆਪਣੇ ਤੋਂ ਵਿਛੜ ਗਏ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣ ਤੇ ਉਹਨਾਂ ਨੂੰ ਜੀਆਂ ਇਹ ਕਹਿਣਾ ਤੇ ਨਾਲੇ ਵਿਸ਼ਵਾਸ ਦਿਵਾਉਣਾ ਸ਼ਾਮ ਜੀ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਕਿ ਉਹਨਾਂ ਨੂੰ ਪਰਿਵਾਰ ਵਾਂਗੂ ਰੱਖਿਆ ਜਾਊਗਾ, ਪਰਿਵਾਰ ਦਾ ਹਿੱਸਾ ਬਣਾ ਕੇ ਰੱਖਿਆ ਜਾਊਗਾ। ਪੰਜਾਬ ਅਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬ ਨੂੰ ਹਿੰਦੁਸਤਾਨ ਵਿੱਚ ਪਹਿਲੇ ਨੰਬਰ 'ਤੇ ਲਿਜਾਣ ਵਾਲੇ ਹਰ ਖੇਤਰ ਵਿੱਚ ਪੰਜਾਬੀਆਂ ਦੀ ਸ਼ਾਨ ਵਧਾਉਣ ਵਾਲੇ ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਯੁੱਗ ਪੁਰਸ਼ ਦੇ ਸਾਹਿਬਜ਼ਾਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਇਸ ਆਮਦ 'ਤੇ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਜ 'ਤੇ ਵਿਰਾਜਮਾਨ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਔਰ ਜਿਨ੍ਹਾਂ ਦੇ ਨਾਲ ਮੈਂ ਲੰਬਾ ਸਮਾਂ ਕੰਮ ਵੀ ਕੀਤਾ, ਇਸ ਇਲਾਕੇ ਦੀ ਮਹਾਨਾਜ ਹਸਤੀ ਜਹਿਦਾ ਤੋਤਾ ਸਿੰਘ ਜੀ, ਸਾਬਕਾ ਵਿੱਦਿਆ ਮੰਤਰੀ ਮੰਚ 'ਤੇ ਵਿਰਾਜਮਾਨ ਸਰਦਾਰ ਮਹੇਸ਼ ਇੰਦਰ ਸਿੰਘ ਜੀ, ਨਿਹਾਲ ਸਿੰਘ ਵਾਲਾ ਜਿਹੜੇ ਸੰਬੋਧਨ ਕਰਕੇ ਗਏ ਹੈ ਔਰ ਇਸ ਇਲਾਕੇ ਦੀ ਨੁਮਾਇੰਦਗੀ ਕਰਦੀ ਬੀਬੀ ਰਾਜਵਿੰਦਰ ਕੌਰ
ਨਿਤੜਕ ਸਿੰਘ ਜੀ ਬਰਾੜ, ਜਗਰਾਜ ਸਿੰਘ ਜੀ ਦੋਹਦਰ ਔਰ ਜੋ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਜ਼ਰੀਨ ਸਾਰਿਆਂ ਨੂੰ ਮੈਂ ਜਿੱਥੇ ਆਪਣੇ ਦਿਲ ਦੀਆਂ ਗਹਿਰਾਈਆਂ 'ਚੋਂ ਜਿਵੇਂ ਤੁਸੀਂ ਮੈਨੂੰ ਲੰਬੇ ਅਰਸੇ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਸਥਾਨ ਅਤੇ ਰੁਤਬਾ ਦਿੱਤਾ ਜਿਹਦਾ ਕਿ ਮੈਂ ਹੱਕਦਾਰ ਨਹੀਂ ਸੀ। ਮੈਂ ਲੰਬਾ ਸਮਾਂ ਜਿਵੇਂ ਕੋਈ ਬੱਚਾ ਆਪਣੇ ਘਰੋਂ ਚਲਾ ਜਾਵੇ ਅਤੇ ਭਟਕ ਜਾਵੇ ਅਤੇ ਉਹ ਭਟਕਣ ਵਿੱਚ ਫਿਰੇ। ਮੈਂ ਪੰਜਾਬ ਦੀ ਅਸੈਂਬਲੀ 'ਚ 5 ਸਾਲ ਕੰਮ ਕੀਤਾ ਔਰ ਕਾਂਗਰਸ ਦੀਆਂ ਸਭਾ 'ਚ 7 ਸਾਲ ਕੰਮ ਕੀਤਾ, ਲੇਕਿਨ ਮੈਨੂੰ ਜੋ ਸਕੂਨ, ਜੋ ਤਸੱਲੀ ਮੇਰੇ ਪਰਿਵਾਰ ਨੂੰ, ਮੇਰੀ ਜੀਵਨ ਸਾਥਣ ਜਸਵੀਰ ਕੌਰ ਉਸ ਦਿਨ ਵੀ ਮੇਰੇ ਨਾਲ ਸੀ, ਅੱਜ ਵੀ ਨਾਲ, ਅਸੀਂ ਜੋ ਫੈਸਲਾ ਕੀਤਾ ਔਰ ਤੁਹਾਡੀ ਅਗਵਾਈ 'ਚ ਚੱਲਣ ਦਾ ਔਰ ਮੇਰੇ ਸਾਥੀ ਜੋ ਦਰਜਾ ਬਦਰਜਾ ਜਿਨ੍ਹਾਂ ਨੇ 2002 ਦੀ ਚੋਣ ਵਿੱਚ, 2007 ਦੀ ਚੋਣ ਵਿੱਚ, 2012 ਦੀ ਚੋਣ ਵਿੱਚ ਕਿਸੇ ਵੀ ਕਾਂਗਰਸ ਪਾਰਟੀ ਦੇ ਅਹੁਦੇ ਤੋਂ ਬਿਨਾਂ ਅਸੀਂ ਕੰਮ ਕੀਤਾ। ਜਿੱਥੇ ਅਸੀਂ 7 ਦੀ ਚੋਣ ਜਿੱਤੇ ਉੱਥੇ 12 ਦੀ ਚੋਣ ਮਹਿਜ਼ ਥੋੜ੍ਹੇ ਜਿਹੇ ਅੰਤਰ ਨਾਲ ਲੂਜ਼ ਕਰਕੇ ਇੱਕ ਵੱਡਾ ਦਿਲ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਔਰ ਜਹੇਦਾਰ ਤੋਤਾ ਸਿੰਘ ਜੀ ਔਰ ਸਰਦਾਰ ਮਹੇਸ਼ਿੰਦਰ ਜੀ ਔਰ ਬੀਬੀ ਰਾਜਵਿੰਦਰ ਕੌਰ ਔਰ ਤੀਰਥ ਸਿੰਘ ਜੀ ਮਾਲਾ ਜਿਨ੍ਹਾਂ ਨੇ ਉੱਥੇ ਪਹੁੰਚ ਕੇ ਜਿਸ ਦਿਨ ਮੇਰੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਦਾ ਅਹਿਦ ਲਿਆ ਸੀ ਉਸ ਦਿਨ ਤੋਂ ਖੈਰ ਮਕਦਮ ਕੀਤਾ। ਮੈਂ ਮਹਿਸੂਸ ਕਰਦਾ ਕਿ ਲੋਕ ਚਲੇ ਜਾਂਦੇ ਹੈ, ਲੋਕ ਵਾਪਸ ਆ ਜਾਂਦੇ ਹੈ, ਲੇਕਿਨ ਜੋ ਇਸ ਇਲਾਕੇ ਦੀ ਫਿਜ਼ਾ, ਜੋ ਸਮੁੱਚੇ ਮੋਗੇ ਜ਼ਿਲ੍ਹੇ ਦੀ ਫਿਜ਼ਾ ਬਣੀ ਹੈ, ਜੋ ਮੈਨੂੰ ਸਵਾਗਤ ਮਿਲਿਆ, ਮੇਰੇ ਪਰਿਵਾਰ ਦਾ ਮਾਣ ਅਤੇ ਸਤਿਕਾਰ ਬਣਿਆ, ਮੈਂ ਮਹਿਸੂਸ ਕਰਦਾ ਕਿ ਇਹ ਜੁਦਾਈ ਬਹੁਤ ਲੰਬੀ ਹੋ ਜਾਣੀ ਸੀ। ਜੇ ਕਿਤੇ ਉਹ ਸੰਸੀਅਰ ਵਰਕਰ ਅਤੇ ਉਹ ਸੰਸੀਅਰ ਲੋਕ ਜਿਹੜੇ ਸਾਡੇ ਪਰਿਵਾਰ ਦੇ ਹਿਤੈਸ਼ੀ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ 62 ਤੋਂ ਲੈ ਕੇ 77 ਤੱਕ ਇੱਕ ਭਟਕਣ ਵਿੱਚ ਸੀ, ਕਦੇ ਚੋਣ ਇਸ ਇਲਾਕੇ ਤੋਂ ਅਕਾਲੀ ਦਲ ਦੇ ਨੁਮਾਇੰਦੇ ਨੇ ਨਹੀਂ ਲੜੀ ਸੀ। 72 ਦੀ ਚੋਣ ਮੇਰੇ ਪਿਤਾ ਨੇ ਲੜੀ, ਸਵਰਗੀਆ ਗੁਰਦੇਵ ਸਿੰਘ ਸ਼ਾਹ ਨੇ, 2400 ਵੋਟਾਂ ਨਾਲ ਅਸੀਂ ਹਾਰੇ ਅਤੇ ਇੱਕ ਯਤਨ ਹੋਇਆ ਸਭਾ 'ਚ ਲੈ ਕੇ ਆਇਆ, ਤੁਸੀਂ ਖੈਰ ਮਕਦਮ ਕੀਤਾ। ਮੈਂ ਸੋਚਦਾ ਹੁੰਦਾ ਸੀ ਕਿ ਗੁਜਰਾਤ ਦਾ ਸੂਬਾ ਬਿਨਾਂ ਕੇਂਦਰ ਦੀ ਸਰਕਾਰ ਦੇ ਆਸਰੇ ਦੇ ਕਿਉਂ ਤਰੱਕੀ ਕਰ ਰਿਹਾ ਹੈ ਕਿ ਜਿਸ ਸਟੇਟ ਦਾ ਜਿਹੜਾ ਸੂਬੇਦਾਰ ਹੈ, ਜਿਸ ਸਟੇਟ ਦਾ ਸਦਰ ਹੈ, ਜੇ ਉਹ ਨਾ ਕਮਾਉਂਦਾ ਹੋਵੇ ਤਾਂ ਸਟੇਟਾਂ ਆਪਣੇ ਬਲ ਬੋਲੇ 'ਤੇ ਤਰੱਕੀ ਕਰ ਸਕਦੀਆਂ। ਔਰ ਨਰਿੰਦਰ ਮੋਦੀ ਜਿਹਨੇ ਦੁਨੀਆਂ ਨੂੰ ਦੱਸ ਦਿੱਤਾ ਕਿ ਬਿਨਾਂ ਕਿਸੇ ਕੇਂਦਰ ਦੀ ਖੁਰਾਕ ਦੇ ਸੂਬਾ ਤਰੱਕੀ ਵੀ ਕਰ ਸਕਦਾ। ਜਦੋਂ ਮੈਂ ਯੂਪੀ ਨੂੰ ਦੇਖਿਆ, ਜਦੋਂ ਬਿਹਾਰ ਨੂੰ ਦੇਖਿਆ, ਮੈਂ ਸੋਚਿਆ ਕਿ ਸੁਖਬੀਰ ਸਿੰਘ ਬਾਦਲ ਕਿਉਂ ਅੱਗੇ ਵੱਧ ਰਿਹਾ, ਕਿਉਂ ਪੰਜਾਬ ਅੱਗੇ ਵੱਧ ਰਿਹਾ, ਕਿਉਂ ਅੱਜ ਪੰਜਾਬ ਦੇ ਲੋਕ, ਧੜਾਧੜ ਹਿੰਦੁਸਤਾਨ ਦੇ ਲੋਕ ਅੱਜ ਦਿੱਲੀ ਦੀਆਂ ਉਹਨਾਂ ਗਲੀਆਂ ਦੇ ਬਾਜ਼ਾਰਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੁੰਦਾ, ਜਿੱਥੇ ਲੰਮੇ ਸਮੇਂ ਤੋਂ ਕਦੇ ਸਰਨੇ ਵਰਗੇ ਦਿੱਲੀ ਦੇ ਤਖ਼ਤ ਨਾਲ ਰਲ ਕੇ ਔਰ ਪੰਥਕ ਸਮਾਜ ਨੂੰ ਢਾਹ ਲਾਉਂਦੇ ਸੀ, ਅੱਜ ਉੱਥੇ ਵੀ ਸੁਖਬੀਰ ਸਿੰਘ ਬਾਦਲ ਦੀ ਦ੍ਰਿੜਤਾ, ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਨੇ ਉੱਥੇ ਵੀ ਪੰਥਕ ਝੰਡਾ ਲਹਿਰਾਇਆ। ਜਦੋਂ ਮੈਂ ਕੈਨੇਡਾ ਤੇ ਅਮਰੀਕਾ ਦੀਆਂ ਉਹਨਾਂ ਸਭਾ 'ਚ ਗਿਆ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਕ ਵਿਕਾਸ ਪੁਰਸ਼ ਦੇ ਤੌਰ 'ਤੇ ਜਾਣਿਆ ਜਾਂਦਾ, ਲੋਕ ਸਾਨੂੰ ਕਹਿੰਦੇ ਸੀ ਕਿ ਤੁਸੀਂ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ, ਜੇ ਤੁਸੀਂ ਸਿੱਖਾਂ ਦਾ ਭਲਾ ਚਾਹੁੰਦੇ ਹੋ, ਜੇ ਪੰਜਾਬੀਆਂ ਦਾ ਭਲਾ ਚਾਹੁੰਦੇ ਹੈ, ਉਹਦੇ ਲਈ ਇੱਕੋ ਇੱਕ ਹੈ, ਉਹ ਮਨੁੱਖ ਹੈ ਜਿਹਦੀ ਸੋਚ ਆਧੁਨਿਕ ਹੈ, ਜਿਹਦੀ ਸੋਚ ਵਿੱਚ ਅੱਜ ਦਾ ਯੁੱਗ ਵਸਦਾ, ਜਿਹਦੀ ਸੋਚ ਵਿੱਚ ਇੰਟਰਨੈਟ ਵਸਦਾ। ਜੇ ਇਸ ਗੱਲ ਨੂੰ ਲੈ ਕੇ ਆਉਣਾ, ਜੇ ਪੰਜਾਬ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣਾ ਤਾਂ ਸੁਖਬੀਰ ਸਿੰਘ ਬਾਦਲ ਦਾ ਝੰਡਾ ਬੁਲੰਦ ਕਰਨਾ ਪਊ, ਇਹਦੀ ਸੋਚ 'ਤੇ ਪਹਿਰਾ ਦੇਣਾ ਪਊ। ਅੱਜ ਮੈਂ ਉਹ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਔਰ ਉਹ ਸੋਚ ਜਿਹੜੀ ਕਹਿ ਰਹੀ ਹੈ ਦਿੱਲੀ ਦੇ ਉਹਨਾਂ ਠੰਡੇ ਔਰ ਕਮੇਟੀਆਂ 'ਚ ਬੈਠ ਕੇ ਕਿ ਪੰਜਾਬ ਔਰ ਹਿੰਦੁਸਤਾਨ ਦਾ ਪੇਂਡੂ ਬੰਦਾ
ਬੰਦਾ 22 ਰੁਪਏ ਨਾਲ ਗੁਜ਼ਾਰਾ ਕਰ ਸਕਦਾ, ਸ਼ਹਿਰੀ 32 ਰੁਪਏ ਨਾਲ ਗੁਜ਼ਾਰਾ ਕਰ ਸਕਦਾ, ਲੇਕਿਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਦੀ ਸੋਚ ਹੈ ਕਿ ਇਹ ਸੋਚ ਨੂੰ ਬਦਲਣਾ। ਅੱਜ ਜਿਹੜੀਆਂ ਗੱਲਾਂ ਔਰ 9 ਸਾਲ ਬਾਅਦ ਦਿੱਲੀ ਦੇ ਤਖ਼ਤ ਤੇ ਕੀਤੀਆਂ ਜਾ ਰਹੀਆਂ, ਅੱਜ 6.5 ਸਾਲ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਦਲਿਤ ਘਰਾਂ ਵਿੱਚ ਆਟਾ ਤੇ ਦਾਲ ਲੈ ਕੇ ਆਂਦੀ, ਸਾਡੇ ਘਰਾਂ 'ਚ ਸਗਨ ਸਕੀਮ ਲੈ ਕੇ ਆਂਦੀ। ਅੱਜ ਜਿਹੜੀਆਂ ਗੱਲਾਂ ਦਿੱਲੀ ਦੇ ਮੰਚ ਤੇ ਪਾਸ ਹੋਣੀਆਂ, ਉਹ ਪ੍ਰਕਾਸ਼ ਸਾਹਿਬ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਸੋਚ ਨੇ 6.5 ਸਾਲ ਪਹਿਲਾਂ ਕਰ ਦਿੱਤੀਆਂ। ਜੇ 15 ਲੱਖ ਨੂੰ ਰਾਸ਼ਨ ਮਿਲਦਾ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਆਉਣ ਵਾਲੇ ਸਮੇਂ 'ਚ ਇਹ ਅਸੀਂ 30 ਲੱਖ ਦਾ ਕਰ ਦੇਣਾ ਸਾਡੇ ਦਲਿਤਾਂ ਲਈ, ਸਾਡੀਆਂ ਦਲਿਤ ਬੱਚੀਆਂ ਲਈ। ਔਰ ਇਹ ਸਾਰਾ ਕੁਝ ਜਿਹੜਾ ਹੋ ਰਿਹਾ, ਅਸੀਂ ਮਹਿਸੂਸ ਕੀਤਾ ਜੇ ਅਸੀਂ ਦਲਿਤਾਂ ਦੀ ਨੁਮਾਇੰਦਗੀ ਕਰਨੀ ਹੈ, ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦੇਣਾ ਪੈਣਾ, ਇਹਨਾਂ ਦੇ ਕਦਮ ਨਾਲ ਕਦਮ ਲਾ ਕੇ ਚੱਲਣਾ ਪੈਣਾ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੇਰਾ ਜਿਹੜਾ ਖੈਰ ਮਕਦਮ ਕੀਤਾ, ਜੋ ਸੁਖਬੀਰ ਬਾਦਲ ਨੇ ਮੇਰੇ ਪਰਿਵਾਰ ਨੂੰ ਔਰ ਮੇਰੇ ਸਾਥੀਆਂ ਨੂੰ ਆਪਣੀ ਫੁੱਕਣ ਵਿੱਚ ਲਿਆ, ਔਰ ਮੈਂ ਇਸ ਗੱਲ ਦਾ ਸ਼ਬਦਾਂ ਰਾਹੀਂ ਕੋਈ ਧੰਨਵਾਦ ਨਹੀਂ ਕਰ ਸਕਦਾ ਕਿ ਅਸੀਂ ਸਰੋਪੇ ਲਿਆਉਂਦੇ, ਹਮ ਗਏ ਸਰੋਪੇ ਮੁੱਕ ਗਏ ਗੁਰੂ ਘਰਾਂ ਚੋਂ ਮੰਡੀ ਚੋਂ, ਲੇਕਿਨ ਸਾਡੇ ਸਾਥੀ ਇੰਨੇ ਜੇ ਰਹਿ ਗਏ। ਮੈਂ ਆਵਾਂਗਾ ਘਰਾਂ 'ਚ ਸਰੋਪੇ ਲੈ ਕੇ ਤੁਹਾਡੇ, ਔਰ ਸਰੋਪੇ ਦੇਣ ਚੱਲਾਂ ਲੈ ਕੇ ਆਵਾਂਗੇ। ਮੈਂ ਮੇਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਜੀ ਮਹਲਾ ਔਰ ਸਮੁੱਚੀ ਟੀਮ ਤੁਹਾਡੇ ਘਰਾਂ 'ਚ ਆਵਾਂਗੇ, ਇੱਕ ਇੱਕ ਵਰਕਰ ਨੂੰ ਪ੍ਰੇਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਵੀ ਬਣਾਵਾਂਗੇ, ਵਰਕਰ ਵੀ ਬਣਾਵਾਂਗੇ ਔਰ ਝੰਡਾ ਬਰਦਾਰ ਵੀ ਬਣਾਵਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਕਹਿੰਦਾ, ਜੋ ਰਾਸਤਾ ਮੰਜ਼ਲੇ ਮਕਸੂਦ ਤੱਕ ਨਾ ਪਹੁੰਚੇ ਉਸੇ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ। ਇਹਨਾਂ ਲਫ਼ਜ਼ਾਂ ਦੇ ਨਾਲ ਇੱਕ ਗੱਲ ਹੋਰ ਕਹਿੰਦਿਆਂ, ਜਿਹੜੇ ਕਹਿੰਦੇ ਸੀ ਇਹਦੇ ਕੋਲ ਪੈਸੇ ਨਹੀਂ, ਜਿਹੜੇ ਕਹਿੰਦੇ ਸੀ ਧਨ ਨਹੀਂ, ਜਿਹੜੇ ਇਹ ਕਹਿੰਦੇ ਸੀ, ਮੈਂ ਉਹਨਾਂ ਲਈ ਕਹਿਣਾ ਚਾਹੁੰਦਾ, ਮੇਰੀ ਗਰੀਬੀ ਕੋ ਮੇਰੀ ਸ਼ਰਾਫਤ ਦਾ ਨਾਮ ਨਾ ਦੇ, ਅਭੀ ਜਦੋਂ ਵਕਤ ਬਦਲਾ ਤੇਰੀ ਸੋਚ ਬਦਲ ਜਾਏਗੀ। ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਜਰਨੈਲ ਉਦੜ ਸਾਹਿਬ, ਹੋਰ ਪਤਵੰਤੇ ਸੱਜਣ ਤੇ ਪੰਡਾਲ ਵਿੱਚ ਬੈਠੀ ਹੋਈ ਗੁਰੂ ਕੀ ਸਾਜੀ ਰਵਾਜੀ ਸਾਧ ਸੰਗਤ ਜੀ, ਵਾਹਿਗੁਰੂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਵਿੱਚ ਮੌਜੂਦ ਹੈ। ਸਰਦਾਰ ਸੁਖਬੀਰ ਸਿੰਘ ਉਹਦੇ ਵਿੱਚ ਜੇਤੂ ਜਰਨੈਲਾਂ ਦਾ ਨਾਂ ਆਉਂਦਾ, ਉਹਨਾਂ ਜੇਤੂ ਜਰਨੈਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਆ। ਇਹ ਬਹੁਤ ਹੀ ਸਰਦਾਰ ਅਜੀਤ ਸਿੰਘ ਸ਼ਾਂਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ। ਕੁਝ ਸਮੇਂ ਲਈ ਸਰਦਾਰ ਅਜੀਤ ਸਿੰਘ ਜਿੱਥੇ ਲੱਖ ਲੱਖ ਵਧਾਈ ਦਿੰਦੇ ਆ ਉੱਥੇ ਜੀ ਆਇਆਂ ਆਖਦੀ ਆ, ਤੇ ਇੱਕ ਵਾਰੀ ਫੇਰ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਦੇ ਗੱਲ ਸਨਮੁਖ ਹੈ ਕਿ ਸਰ ਅਜੀਤ ਸਿੰਘ ਸ਼ਾਂਤ ਜਿਹੜੇ ਔਰ ਸਾਡੇ ਸਾਰੇ MLA ਸਾਹਿਬਾਨ ਔਰ ਸਨਮਾਨ ਕਰਨਾ ਅੱਗੇ ਹੋਣ ਤੋਂ ਨਹੀਂ ਭੁੱਲਣਾ ਤੁਹਾਨੂੰ।